ਇੱਕੇ ਪੱਧਰ ਤੇ ਇੱਕੋ ਪਲੇਟਫਾਰਮ ਤੇ ਖੜੇ ਮਿਲਣਗੇ ਜਿੰਨੇ ਜਾਗਰੂਕ ਹੈਗੇ ਆ। ਬਿਲਕੁਲ, ਯਾਨੀ ਆਪਣੇ ਆਪ ਨੂੰ ਸੇਫ ਰੱਖ ਕੇ ਜਿੰਨੀਆਂ ਗੱਲਾਂ ਇਹਨਾਂ ਤੋਂ ਕਹਿ ਹੁੰਦੀਆਂ ਇਹਨਾਂ ਨੇ ਕਹਿ ਦੇਣੀ। ਬਿਲਕੁਲ, ਜਿੱਥੇ ਖਤਰਾ ਲੱਗਦਾ ਉੱਥੇ ਪੈਰ ਪਛਾਣ ਖਿੱਚ ਲੈਣੇ ਆ ਉੱਥੇ। ਹਾਲਾਂਕਿ ਆਪਾਂ ਪਹਿਲਾਂ ਸੁਣਿਆ ਹੋਇਆ ਇਹ, ਅਸੀਂ ਭਾਈ ਰਣਜੀਤ ਸਿੰਘ ਦੇ ਨਾਲ ਇੱਧਰ ਆਉਣ ਤੋਂ ਪਹਿਲਾਂ ਮੈਂ ਪੰਚਪ੍ਰੀਤ ਸਿੰਘ ਦੇ ਨਾਲ ਪੂਰੀ ਤਰ੍ਹਾਂ ਸਹਿਮਤ ਸੀ ਕਿ ਇਹਨਾਂ ਦੀ ਲਹਿਰ ਦੇ ਵਿੱਚ ਵੀ ਰਹੇ, ਆਪਾਂ ਮੈਂਬਰ ਵੀ ਰਹੇ ਦੇ ਵਿੱਚ। ਉਦੋਂ ਇਹਨਾਂ ਦੇ ਨਾਲ ਜੁੜਨ ਦਾ ਵੱਡਾ ਕਾਰਨ ਸੀ ਜਿਹੜੇ ਸਟੇਜਾਂ ਦੇ ਉੱਤੇ ਗੱਲਾਂ ਕਹਿੰਦੇ ਹੁੰਦੇ ਸੀ ਵੀ ਅਸੀਂ ਹੈਗੇ ਹਾਂ ਕੁੱਕਰ, ਠੀਕ ਹੈ, ਅਸੀਂ ਹੈਗੇ ਹਾਂ ਕੁੱਕਰ ਗੁਰੂ ਦੇ, ਅਤੇ ਜੇ ਗੁਰੂ ਦੇ ਘਰ ਨੂੰ ਕੋਈ ਸੰਨ ਲਾਉਂਦਾ ਤਾਂ ਸਾਡਾ ਭੌਂਕਣਾ ਫਰਜ਼ ਹੈ, ਠੀਕ ਹੈ। ਹੁਣ ਸੰਨ ਵੱਡੇ ਸੂਰਜ ਪ੍ਰਕਾਸ਼ ਤੋਂ ਤਾਂ ਮੈਂ ਕਹਿੰਦਾ ਸੰਨ ਤਾਂ ਛੋਟੀ ਚੀਜ਼ ਹੁੰਦੀ, ਅਗਲਿਆਂ ਨੇ ਚਾਰ ਛਪੇਰੇ ਵਾਲੀ ਕੰਧ ਹੀ ਢਾਤੀ ਸਾਰੀ। ਇੱਕ ਨਾ ਹੋਰ ਚੀਜ਼ ਸੀ ਇਹਦੇ ਵਿੱਚ, ਜਾਗਰੂਕ ਬੜਾ ਰੌਲਾ ਪਾਈ ਜਾਂਦੇ ਆ ਵੀ ਭਾਈ ਰਣਜੀਤ ਸਿੰਘ ਨੇ ਦਸਮ ਗ੍ਰੰਥ ਦੇ ਖਿਲਾਫ਼ ਗੱਲ ਨਹੀਂ ਕੀਤੀ ਹੈਗੀ, ਸੂਰਜ ਪ੍ਰਕਾਸ਼ ਦੀ ਗੱਲ ਤਾਂ ਉਹ ਕਰਦੇ ਨਹੀਂ ਹੈਗੇ, ਦਸਮ ਗ੍ਰੰਥ ਦੇ ਖਿਲਾਫ਼ ਕਿਉਂ ਨਹੀਂ ਕਿਹਾ। ਸੋਚਣ ਵਾਲੀ ਗੱਲ ਇਹ ਆ, ਦੇਖੋ ਦਸਮ ਗ੍ਰੰਥ ਦੇ ਹਿਸਾਬ ਨਾਲ ਸਾਡੇ ਉੱਪਰ ਕਿੰਨਾ ਕੁਛ ਮੜਿਆ ਗਿਆ, ਜੇ ਕਹਿ ਲਾਂਗੇ ਦੋ ਤਿੰਨ ਬਾਣੀਆਂ ਹੀ ਆ ਨਾ, ਹਾਂਜੀ, ਹੋਰ ਤਾਂ ਉਹਦੇ ਵਿੱਚੋਂ ਕਿਸੇ ਨੂੰ ਕੁਛ ਪਤਾ ਨਹੀਂ ਵਿੱਚ ਕੀ ਹੈਗਾ, ਅਤੇ ਨਾ ਉਹ ਚੀਜ਼ ਸਾਡੇ ਉੱਪਰ ਲਾਗੂ ਕੀਤੀ ਜਾਂਦੀ ਹੈ ਜਿਹੜੀ ਉਹ 'ਚ ਇੰਨੀ ਲਿਖੀ ਹੋਈ ਹੈ। ਦੇਖੋ ਜਿਵੇਂ ਉਹਦੇ ਵਿੱਚ ਚਰਿੱਤਰ ਹੈ, ਪਏ ਸੀ ਸੇਬ ਬੰਦ ਹੀ ਪਏ ਸੀ, ਬਿਲਕੁਲ ਪਏ ਸੀ, ਉਹ ਤਾਂ ਕਿਸੇ ਸੰਗਤ ਦੇ ਉੱਤੇ ਲਾਗੂ ਤਾਂ ਨਹੀਂ ਕੀਤੇ ਗਏ ਨਾ, ਨਹੀਂ ਕੀਤੇ ਗਏ। ਜੇ ਉਹ 'ਚ ਅਵਤਾਰਵਾਦ ਦੀ ਕਥਾ ਹੈ ਉਹ ਵੀ ਦਸਮ ਗ੍ਰੰਥ ਦੇ ਥਰੂ ਕਿਸੇ 'ਤੇ ਲਾਗੂ ਨਹੀਂ ਕੀਤੀ ਗਈ, ਬਿਲਕੁਲ, ਕਿਉਂਕਿ ਜਿੰਨੇ ਵੀ ਹੈਗੇ ਉਹ ਜੇ ਅਵਤਾਰਾਂ ਦੀ ਗੱਲ ਆਉਂਦੀ ਅਵਤਾਰਾਂ ਦੀ ਸਾਰੀ ਕਾਟ ਕਰੀ ਜਾਂਦੇ, ਆਪ ਸਟੇਜਾਂ ਦੇ ਸਾਰੇ ਕਰੀ ਜਾਂਦੇ, ਟਕਸਾਲੀ ਵੀ ਕਰ ਰਹੇ ਉਹਦੇ ਵਿੱਚੋਂ ਬਹੁਤ ਕੇ ਪੂਰਾ ਜ਼ੋਰ ਨਾਲ, ਠੀਕ ਹੈ। ਪਰ ਉਹਦੇ ਵਿੱਚ ਫਰਕ ਇਹ ਸੀਗਾ ਵੀ ਉਹ ਤਾਂ ਪਿਆ ਹੀ ਸੀ ਬੰਦ, ਉਹਦਾ ਮੁੱਦਾ ਤਾਂ ਚੱਕ ਕੇ ਲਿਆਉਣਾ ਇੱਕ ਤਰੀਕੇ ਦੇ ਨਾਲ, ਇੱਦਾਂ ਸੀਗਾ ਵੀ ਉਹਨੂੰ ਹਾਈਲਾਈਟ ਕਰਕੇ ਅਤੇ ਬਾਅਦ ਵਿੱਚ ਆਪਣੇ ਗੱਲ ਰੱਖਣੀ ਇਹਦੀ। ਪਰ ਸੂਰਜ ਪ੍ਰਕਾਸ਼ ਉਹ ਸੀ ਜਿਹੜਾ ਲਾਗੂ ਕਰ ਦਿੱਤਾ ਗਿਆ ਸਾਰਿਆਂ ਉੱਤੇ, ਬਿਲਕੁਲ, ਜਿਹੜੀਆਂ ਕੁਛ ਗੱਲਾਂ ਨਾ ਮਤਲਬ ਉਹਦੇ ਵਿੱਚੋਂ ਠੀਕ ਦਿਖਾ ਕੇ, ਬਾਕੀ ਸਾਰਾ ਭਰਮ ਜਿਹੜਾ ਉਹ ਸਾਡੇ ਉੱਪਰ ਪਾਇਆ ਹੋਇਆ। ਜਿਵੇਂ ਕਿੰਨੀਆਂ ਕੁ ਗੱਲਾਂ ਉਹ ਚੋਂ ਕਰੀਏ ਵੀ ਜਿਹੜੀਆਂ ਗੁਰਮਤ ਨਾਲ ਸੰਬੰਧਿਤ ਨਹੀਂ ਹੈਗੀਆਂ ਪਰ ਸਾਡੇ ਵਿੱਚ ਅੱਜ ਲਾਗੂ ਹੋ ਚੁੱਕੀਆਂ। ਜੇ ਅੰਮ੍ਰਿਤ ਦੀ ਗੱਲ ਆਉਂਦੀ ਹੈ, ਅੰਮ੍ਰਿਤ ਦੀ ਵਿਚਾਰਧਾਰਾ ਜਿਹੜੀ ਆਉਂਦੀ ਹੈ ਉਹ ਵੀ ਇਹਨਾਂ ਗ੍ਰੰਥਾਂ ਦੇ ਵਿੱਚੋਂ ਆਈ ਹੈ, ਇੱਥੋਂ ਹੀ ਆਈ ਹੈ, ਠੀਕ ਹੈ। ਅਤੇ ਜੇ ਉਹ 'ਚ ਗੱਲ ਕਰਦੇ ਵੀ ਉਹ ਅੰਮ੍ਰਿਤ ਜਿਹੜੀ ਕਹਾਣੀ ਜਿਹੜੀ ਆਮ ਤੌਰ 'ਤੇ ਸੁਣਦੇ ਹੁੰਦੇ ਸੀ ਜਿਹੜੀ ਸੂਰਜ ਪ੍ਰਕਾਸ਼ ਵਿੱਚ ਇੱਦਾਂ ਲਿਖੀ ਹੈ, ਅਤੇ ਉਹਨੇ ਵੀ ਲਿਖੀ ਹੈਗੀ ਆ ਗੁਰਮਤ ਮਾਰਕੰਡ ਦੇ ਵਿੱਚ ਵੀ ਲਿਖੀ ਹੈਗੀ ਆ ਵੀ ਗੁਰੂ ਸਾਹਿਬ ਨੇ ਅੰਮ੍ਰਿਤ ਜਦੋਂ ਛਕਾਉਣਾ ਸੀ ਉਦੋਂ ਚਿੜਾ ਅਤੇ ਚਿੜੀ ਆਏ, ਕਹਾਣੀ ਜਿਹੜੀ ਬਣੀ ਹੋਈ ਹੈ, ਅੰਮ੍ਰਿਤ ਛਕ ਲਿਆ, ਹਾਂ, ਚਿੜੀਆਂ ਨੇ ਆ ਕੇ ਅੰਮ੍ਰਿਤ ਛਕਿਆ, ਫਿਰ ਆਪਸ ਮੇਂ ਲੜ ਪਏ, ਇਹੋ ਜਿਹੀ ਇੱਕ ਨਹੀਂ ਬਹੁਤ ਸਾਰੀਆਂ ਜਿਹੜੀਆਂ ਚੀਜ਼ਾਂ ਹੈਗੀਆਂ। ਥੋੜ੍ਹੀ ਜਿਹੀ ਆਵਾਜ਼ ਕਹਿ ਦੇ ਵੀ ਥੋੜ੍ਹੀ ਜਿਹੀ ਘੱਟ ਹੈਗੀ, ਮੈਂ ਵਧਾ ਦਿੱਤੀ ਸੀਗੀ, ਹੁਣ ਦੁਬਾਰੇ ਦੱਸ ਦਿਓ ਤੁਸੀਂ ਵੀ ਠੀਕ ਹੈ ਆਵਾਜ਼, ਮੈਨੂੰ ਲੱਗਿਆ ਵੀ ਹੁਣ ਠੀਕ ਹੈ। ਹਾਂਜੀ, ਸੂਰਜ ਪ੍ਰਕਾਸ਼ ਦੀਆਂ ਬਹੁਤ ਗੱਲਾਂ ਸਾਡੇ 'ਤੇ ਲਾਗੂ ਹੋ ਗਈਆਂ, ਸਾਡੇ ਗੁਰਦੁਆਰਿਆਂ ਦਾ ਸਿਸਟਮ ਜਿਹੜਾ ਘੜਿਆ ਹੋਇਆ ਨਾ ਇਸ ਵੇਲੇ ਉਹ ਸੂਰਜ ਪ੍ਰਕਾਸ਼ ਦੇ ਆਧਾਰ 'ਤੇ ਘੜ ਦਿੱਤਾ ਗਿਆ, ਦਸਮ ਗ੍ਰੰਥ ਦੇ ਆਧਾਰ 'ਤੇ ਨਹੀਂ ਘੜਿਆ ਗਿਆ। ਦਸਮ ਗ੍ਰੰਥ ਦੀਆਂ ਸਿਰਫ ਜਾਪ ਸਾਹਿਬ ਜਾਂ ਤਿੰਨ ਚਾਰ ਬਾਣੀਆਂ ਕਹਿ ਲਈਏ, ਅਕਾਲ ਉਸ ਤੋਂ ਦਲ ਲਈਏ, ਉਹ ਅਕਾਲ ਉਸ ਦੇ ਵਿੱਚ ਤਾਂ ਇੰਨਾ ਕੁਝ ਗਲਤ ਹੈ ਵੀ ਨਹੀਂ ਜਿਹਨੂੰ ਆਪਾਂ ਬਹੁਤ ਗਲਤ ਕਹਿ ਲਈਏ, ਬਿਲਕੁਲ ਠੀਕ ਹੈ। ਜਾਪ ਸਾਹਿਬ ਦੇ ਵਿੱਚ ਵੀ ਇੱਦਾਂ ਦੀ ਕੋਈ ਹੈਣ ਵੀ ਸਾਡੇ 'ਤੇ ਮਰਿਆਦਾ ਥੋਪੀ ਜਾਵੇ ਉਹਦੀ ਵਜ੍ਹਾ ਨਾਲ, ਠੀਕ ਆ ਪੜ੍ਹ ਰਹੇ ਆ ਸਿੱਖ ਪੜ੍ਹ ਰਹੇ ਉਹ ਵੀ ਇੱਦਾਂ ਦੀ ਗੱਲ ਹੈ ਨਹੀਂ ਗੀ। ਪਰ ਜਿਹੜੀਆਂ ਦਸਮਾਂ 'ਚ ਗਲਤ ਗੱਲਾਂ ਜ਼ਿਆਦਾ ਆਪਾਂ ਨੂੰ ਵਿਖਦੀਆਂ, ਇੱਕ ਪ੍ਰੋਫੈਸਰ ਦਰਸ਼ਨ ਸਿੰਘ ਦੀ ਉਹ ਵੀਡੀਓ ਮੈਂ ਕਹਿੰਦਾ ਵੀ ਸਾਰੇ ਜਾਣੇ ਸੁਣ ਲਿਓ ਦੁਬਾਰੇ, ਕਿਤੇ ਹੋਵੇ ਤੁਹਾਡੇ ਕੋਲ ਜਾਂ ਪ੍ਰੋਫੈਸਰ ਦਰਸ਼ਨ ਸਿੰਘ ਨੂੰ ਉਹ ਦੇਣ ਕਿਸੇ ਨੂੰ ਵੀ ਜਿਹੜੀ ਵੀਡੀਓ ਕਰਕੇ ਇਹਨੂੰ ਛੇਕਿਆ ਸੀ, ਉਹ ਵੀਡੀਓ ਪ੍ਰੋਫੈਸਰ ਦਰਸ਼ਨ ਸਿੰਘ ਨੇ 2010 ਦੇ ਵਿੱਚ ਟਾਈਮ ਟੀਵੀ ਤੋਂ ਚਲਾਈ ਸੀ ਆਪ, ਠੀਕ ਹੈ, ਟਾਈਮ ਟੀਵੀ ਤੋਂ ਰਾਤ ਨੂੰ 10 ਵਜੇ ਸਪੈਸ਼ਲ ਉਹ ਵੀਡੀਓ ਚਲਾਈ। ਉਹ ਵੀਡੀਓ ਦੇ ਵਿੱਚ ਦਰਸ਼ਨ ਸਿੰਘ ਨੇ ਪਹਿਲਾਂ ਇਹ ਵੀਡੀਓ ਆਪਣੀ ਬੋਲ ਕੇ ਕਿਹਾ ਸੀਗਾ ਕਿ ਅਸਲ ਵਿੱਚ ਜਿਹੜੀ ਮੇਰੀ ਵੀਡੀਓ ਤਖ਼ਤ 'ਤੇ ਭੇਜੀ ਗਈ ਹੈ ਉਹ ਤਾਂ ਹੈਗੀ ਹੈ ਹੋਰ ਕੱਟ ਵੱਢ ਕੇ ਭੇਜੀ ਗਈ ਹੈ, ਅਸਲ ਵੀਡੀਓ ਮੇਰੀ ਹੈਗੀ ਆ ਜਿਹੜੀ ਮੈਂ ਹੁਣ ਦਿਖਾ ਰਿਹਾ, ਠੀਕ ਹੈ। ਅਤੇ ਉਸ ਵੀਡੀਓ ਦੇ ਵਿੱਚ ਉਸ ਪ੍ਰੋਗਰਾਮ ਦੇ ਵਿੱਚ ਜਿਹੜਾ ਬਾਹਰ ਕਿਤੇ ਕੀਤਾ ਗਿਆ ਉਹ ਪ੍ਰੋਗਰਾਮ ਦੇ ਵਿੱਚ ਉਹ ਗੱਲ ਮੰਨਦਾ ਹੈ, ਉਹ ਕਹਿੰਦਾ ਕਿ 60 ਪੰਨੇ ਦਸਮ ਗ੍ਰੰਥ ਦੇ ਜਿਹੜੇ ਆ ਉਹ ਗੁਰਮਤਿ ਦੇ ਅਨੁਕੂਲ ਆ, ਅੱਛਾ, ਜਿਹਦੇ ਵਿੱਚੋਂ ਅਕਾਲ ਉਸਤਤ ਹੈ, ਜਿਹਦੇ ਵਿੱਚੋਂ ਜਾਪ ਸਾਹਿਬ ਆ, ਜਿਹਦੇ ਵਿੱਚੋਂ ਚੁਪਈ ਆ, ਇਹ ਸਾਰੀਆਂ ਕਹਿੰਦਾ ਵੀ ਸਹੀ ਹੈਗੀਆਂ, ਠੀਕ ਹੈ, ਪਰ ਉਦੋਂ ਬਾਅਦ ਵਾਲਾ ਠੀਕ ਨਹੀਂ ਹੈਗਾ। ਅੱਜ ਭਾਵੇਂ ਉਹ ਕਹਿੰਦਾ ਕਿ ਸਾਰਾ ਕੁਛ ਠੀਕ ਨਹੀਂ ਹੈਗਾ ਪਰ ਉਦੋਂ ਕਹਿੰਦਾ ਵੀ ਇਹ ਮੰਨਦਾ ਸੀ ਵੀ ਆਹ ਚੀਜ਼ਾਂ ਠੀਕ ਹੈਗੀਆਂ, ਇੰਨਾ ਕੁ ਠੀਕ ਆ, ਇੰਨਾ ਕੁ ਠੀਕ ਹੈਗਾ, ਓਕੇ। ਅੱਜ ਉਹ ਕਹਿ ਰਿਹਾ ਕਿ ਨਹੀਂ ਮੈਂ ਸਾਰੇ ਖਿਲਾਫ਼ ਗੱਲ ਕੀਤੀ ਸੀ ਅਤੇ ਉਹ ਵੀਡੀਓ ਟਾਈਮ ਟੀਵੀ 'ਤੇ ਚਲਾਈ ਗਈ ਸੀ। ਅੱਛਾ, ਜਿਹੜੀਆਂ ਉਹ ਗੱਲਾਂ ਹੈਗੀਆਂ ਇਹਨੂੰ ਠੀਕ ਲੱਗੀਆਂ ਸੀ ਉਸ ਵੇਲੇ, ਹਾਂਜੀ, ਉਹਦੇ 'ਚ ਇੱਕ ਭਗਉਤੀ ਨੂੰ ਕੱਢਦੀ ਹੈ ਨਾ ਜੇ ਜਾਂ ਕੁਛ ਚੀਜ਼ਾਂ ਨੂੰ ਹੋਰ ਕਰਦੀ, ਉਹ ਬਹੁਤ ਥੋੜ੍ਹੀਆਂ ਚੀਜ਼ਾਂ ਜਿਹੜੀਆਂ ਸਾਡੇ 'ਤੇ ਲਾਗੂ ਕੀਤੀਆਂ ਹੋਈਆਂ, ਪਰ ਸੂਰਜ ਪ੍ਰਕਾਸ਼ ਤਾਂ ਸਾਰਾ ਹੀ ਸਾਡੇ 'ਤੇ ਲਾਗੂ ਕਰ ਦਿੱਤਾ ਗਿਆ ਸਿਰਫ ਕੁਛ ਗੱਲਾਂ ਨੂੰ ਛੱਡ ਕੇ। ਭਰਮ ਜਿਹੜਾ ਵਹਿਮ ਜਿਹੜਾ ਨਾ ਉਹ ਸੂਰਜ ਪ੍ਰਕਾਸ਼ ਦੇ ਥਰੂ ਹੈ, ਜਿਹੜੀ ਸੋਚ ਸਾਡੀ ਇਹਦੀ ਸਾਈਕੀ ਇੱਦਾਂ ਦੀ ਬਣ ਗਈ, ਸ਼ਰਧਾ ਵਾਲੀ, ਪ੍ਰੇਮ ਵਾਲੀ, ਇਹ ਸਾਰੀ ਸੂਰਜ ਪ੍ਰਕਾਸ਼ ਵਿੱਚੋਂ ਆਈ, ਸਾਰਿਆਂ ਦਾ ਸਾਰਾ ਜਿਹੜਾ ਜਿਹੜੀ ਇਹ ਕਹਿੰਦੀ ਹੈ ਨਾ ਵੀ ਤਰਕ ਨਹੀਂ ਕਰਨਾ ਹੈਗਾ ਉਹ ਸਾਰੀ ਸੂਰਜ ਪ੍ਰਕਾਸ਼ ਨੇ ਦਰਜ ਕੀਤੀ ਹੈ। ਜਿਹੜੇ ਕਹਿੰਦੇ ਸਵਾਲ ਨਹੀਂ ਕਰਨੇ ਉਹ
ਜਿਹੜੀ ਅੱਜ ਸਾਡੇ ਤੋਂ ਤੋਪੀ ਗਈ ਹੈ, ਜਿਹਦੇ ਕਰਕੇ ਸਾਨੂੰ ਬੋਲਣ ਨਹੀਂ ਦਿੱਤਾ ਜਾ ਰਿਹਾ। ਸੂਰਜ ਪ੍ਰਕਾਸ਼ ਨੇ ਗੱਲ ਲਿਖੀ ਹੈ ਕਿ ਮਸੰਦ ਸੋਧੇ ਗਏ ਤਾਂ ਗੁਰੂ ਸਾਹਿਬ ਨੇ ਮਸੰਦਾਂ ਨੂੰ ਸਜਾਵਾਂ ਦਿੱਤੀਆਂ। ਇਹ ਸੂਰਜ ਪ੍ਰਕਾਸ਼ ਨੇ ਲਿਖੀ ਵੀ ਕਿਉਂਕਿ ਕਦੋਂ ਵੀ ਜਦੋਂ ਅਸੀਂ ਗੁੰਡਾਗਰਦੀ ਕਰਨੀ ਹੈ ਉਹ ਗੁੰਡਾਗਰਦੀ ਸੂਰਜ ਪ੍ਰਕਾਸ਼ ਦੇ ਥਰੂ ਸਾਡੇ ਉੱਤੇ ਹੁੰਦੀ। ਬਿਲਕੁਲ, ਇੱਦਾਂ ਕਰਕੇ ਜਿਹੜਾ ਇਹ ਗੱਲ ਹੈਗੀ ਹੈ ਨਾ ਵੀ ਸੂਰਜ ਪ੍ਰਕਾਸ਼ ਤੇ ਲਾਗੂ ਕਰ ਦਿੱਤਾ ਗਿਆ ਸਾਡੇ ਤੇ। ਦਸਮ ਗ੍ਰੰਥ ਇੱਦਾਂ ਲਾਗੂ ਨਹੀਂ ਹੋਇਆ ਜਿੱਦਾਂ ਸੂਰਜ ਪ੍ਰਕਾਸ਼ ਹੋਏ। ਦਸਮ ਗ੍ਰੰਥ ਦੇ ਤਾਂ ਸਿਰਫ 60 ਪੰਨਿਆਂ ਨੂੰ ਛੱਡ ਦਈਏ ਤਾਂ ਬਾਕੀ ਸਾਰਾ ਤਾਂ ਸਾਰਾ ਬੰਦ ਹੀ ਪਿਆ ਸੀ ਚੈਪਟਰ। ਬਿਲਕੁਲ, ਕੋਈ ਗੱਲ ਨਹੀਂ ਸੀ ਕਰ ਰਹੇ ਉਹਦੇ ਵੀ। ਸੂਰਜ ਪ੍ਰਕਾਸ਼ ਸੁਣਾ ਸੁਣਾ ਕੇ ਗੁਰਦੁਆਰਿਆਂ ਦੇ ਵਿੱਚ ਉਹਦੇ ਵਿੱਚ ਜਿੰਨੀਆਂ ਗਲਤ ਗੱਲਾਂ ਸੀ ਉਹ ਸਾਰੀ ਸੰਗਤ ਉੱਤੇ ਅਤੇ ਉਹ ਮਰਿਆਦਾ ਸਿਸਟਮ 'ਤੇ ਠੋਕ ਦਿੱਤੀ ਗਈ ਆਪਾਂ। ਸੋ ਸੂਰਜ ਪ੍ਰਕਾਸ਼ ਸਭ ਤੋਂ ਪਹਿਲਾਂ ਚੱਕਣਾ ਚਾਹੀਦਾ ਸੀ ਮੈਨੂੰ, ਕਿਉਂਕਿ ਜਿੰਨੀ ਇਤਿਹਾਸ ਦੀ ਕਥਾ ਲੋਕ ਜਾਣਦੇ ਆ ਗੁਰਬਾਣੀ ਬਾਰੇ ਤਾਂ ਕਿੱਥੋਂ ਜਾਣਦੇ, ਨਹੀਂ ਜਾਣਦੇ। ਜਿੰਨੀਆਂ ਗੱਲਾਂ 'ਚ ਜਿੰਨਾ ਲੋਕ ਸਿੱਖੀ ਨੂੰ ਜਿੰਨਾ ਕੁ ਜਾਣਦੇ ਉਹ ਇਤਿਹਾਸ ਦੇ ਰਾਹੀਂ ਜਾਣਦੇ ਆ, ਗੁਰਬਾਣੀ ਰਾਹੀਂ ਤਾਂ ਜਾਣਦੇ ਨਹੀਂ ਹੈ। ਗੁਰਬਾਣੀ ਤਾਂ ਪ੍ਰਚਾਰ ਹੀ ਨਹੀਂ ਵੀ, ਗੁਰਬਾਣੀ ਵਾਲਾ ਨਜ਼ਰੀਆ ਹੈ ਕਿੱਥੇ ਸਿੱਖੀ ਵਾਲੇ, ਸਿੱਖੀ ਆਪਣੇ ਕੋਲੇ ਬਿਲਕੁਲ ਹੈ ਹੀ ਨਹੀਂ। ਗੁਰਬਾਣੀ ਤਾਂ ਪ੍ਰਚਾਰ ਹੀ ਨਹੀਂ ਗਈ, ਸਾਰਾ ਇਤਿਹਾਸ ਪ੍ਰਚਾਰਿਆ, ਉਹ ਇਤਿਹਾਸ ਸਾਰਾ ਸੂਰਜ ਪ੍ਰਕਾਸ਼ ਤੋਂ ਪ੍ਰਚਾਰਿਆ। ਦਸਮ ਗ੍ਰੰਥ ਨਹੀਂ ਪ੍ਰਚਾਰਿਆ, ਸੂਰਜ ਪ੍ਰਕਾਸ਼ ਪ੍ਰਚਾਰਿਆ। ਸੂਰਜ ਪ੍ਰਕਾਸ਼ ਮੁੱਦਾ ਸੂਰਜ ਪ੍ਰਕਾਸ਼ ਜ਼ਰੂਰੀ ਸੀਗਾ, ਦਸਮ ਗ੍ਰੰਥ ਇੰਨਾ ਜ਼ਰੂਰੀ ਨਹੀਂ ਸੀਗਾ ਉਸ ਵੇਲੇ ਗੱਲ ਕਰਨੀ ਚਾਹੀਦੀ ਸੀ। ਸੂਰਜ ਪ੍ਰਕਾਸ਼ ਜ਼ਰੂਰੀ ਸੀ ਪਰ ਸੂਰਜ ਪ੍ਰਕਾਸ਼ ਨੂੰ ਤਾਂ ਬਚਾ ਲਿਆ ਕਿਉਂਕਿ ਆਪ ਕਥਾ ਕਰਦੇ ਆ, ਆਪ ਸਟੇਜਾਂ ਤੇ ਬੋਲਦੇ ਹੈਗੇ ਆ, ਇਸ ਕਰਕੇ ਸੂਰਜ ਪ੍ਰਕਾਸ਼ ਬਚਾ ਕੇ ਇੱਥੇ ਤਾਂ ਕਹਿੰਦੇ ਹੰਸ ਬਿਰਤੀ ਹੈ ਤੇ ਦਸਮ ਗ੍ਰੰਥ ਦਾ ਮੁੱਦਾ ਪ੍ਰੋਫੈਸਰ ਦਾਸ ਸਿੰਘ ਨੇ ਚੱਕ ਲਿਆ, ਪੂਰੇ ਦਾ ਪੂਰਾ ਚੱਕ ਲਿਆ, ਉਹ ਪੂਰੇ ਦਾ ਪੂਰਾ ਚੱਕ ਲਿਆ ਹੈਗਾ। ਮੈਂ ਜਿਹੜੀ ਗੱਲ ਕਰਦਾ ਸੀਗਾ ਪੰਚਪ੍ਰੀਤ ਸਿੰਘ ਦੀ ਗੱਲ ਕਰਦਾ ਸੀ ਮੈਂ, ਜਿਹੜੀ ਇਹਨਾਂ ਨੇ ਹੁਣ ਧੁੰਦੇ ਨੇ ਬਾਅਦ ਚ ਸਟੇਟਮੈਂਟ ਦਿੱਤੀ ਸੀ ਹੰਸ ਬਿਰਤੀ ਵਾਲੀ, ਗੋਲਡੀ ਨੇ ਸੇਮ ਹੀ ਗੱਲ ਕਰੀ ਆਪਾਂ ਜਿਹੜੀ ਵੀਡੀਓ ਦੇਖੀ ਸੀ, ਜਦੋਂ ਭਾਈ ਰਣਜੀਤ ਸਿੰਘ ਠੀਕ ਹੈ ਕਹਿੰਦਾ, ਜਿਹੜੀ ਉਹਨਾਂ ਨੇ ਗੱਲ ਕਹੀ ਉਹ ਗੱਲ ਠੀਕ ਹੈ ਪਰ ਕਹਿੰਦਾ ਸਾਡੇ ਪ੍ਰਚਾਰਕਾਂ ਨੂੰ ਕਰਨਾ ਇਹ ਚਾਹੀਦਾ ਵੀ ਜੋ ਠੀਕ ਠੀਕ ਹੈ ਉਹ ਸੁਣਾ ਦੇਣਾ ਚਾਹੀਦਾ, ਠੀਕ ਠੀਕ ਹੈ ਨਾ, ਬਸ ਆਹੀ ਗੱਲ ਕਹੀ ਹੈ। ਸੇਮ ਗੱਲ ਇੱਕ ਵਾਰੀ ਕੀ ਹੋਇਆ ਸੀ ਪੰਥਪ੍ਰੀਤ ਦੇ ਜਿਹੜਾ ਦੀਵਾਨ ਦੇ ਵਿੱਚ ਗੱਲ ਚੱਲੀ ਸੀ ਲਾਲਾਂ ਵਾਲੇ ਦੇ, ਜਿਹੜੇ ਜਿਹਨਾਂ ਤੇ ਇਹ ਬੋਲਦੇ ਹੁੰਦੇ ਆ ਵੀ ਜਦੋਂ ਤਾਂ ਤੁਸੀਂ ਪੁੱਛ ਲਓ ਇਹਨਾਂ ਲਾਲਾਂ ਵਾਲੇ ਦੇ ਟੋਪਿਕ ਤੇ ਗੱਲ ਕਰਨੀ ਹੋਵੇ ਜਾਂ ਕਿਸੇ ਹੋਰ ਦੇ ਤੇ ਕਰਨੀ ਹੋਵੇ ਇਹ ਖੁੱਲ੍ਹ ਕੇ ਕਰਦੇ ਆ, ਪੂਰੇ ਪੂਰੀ ਗਰਸ ਦੇ ਨਾਲ ਕਰਦੇ ਆ, ਠੀਕ ਹੈ। ਜਦੋਂ ਜਦੋਂ ਟਕਸਾਲ ਵਾਲੇ ਮੂਹਰੇ ਆ ਕੇ ਖੜ ਜਾਂਦੇ ਅਗਲੇ ਗਮਲੇ ਮਾਰਦੇ ਮੁੜ ਕੇ ਕਹਿੰਦੇ ਸਾਡੇ ਭੁੱਲੜ ਭਰਾ, ਤੇ ਜਦੋਂ ਗੱਲ ਆਉਂਦੀ ਹੈਗੀ ਆ ਉਹਨਾਂ ਦੀ ਜਿਹੜੇ ਲਾਲਾਂ ਵਾਲੇ ਜਿਹੜੇ ਠੀਕ ਬੰਦੇ ਆ ਵਿਚਾਰੇ ਕਿਸੇ ਨਾਲ ਲੜਕੇ ਨਹੀਂ ਰਾਜੀ, ਉਹ ਆਪਣਾ ਕਰਕੇ ਰਾਜੀ ਆ, ਉਦੋਂ ਇਹ ਬੰਦੇ ਕਹਿ ਦਿੰਦੇ ਆ ਵੀ ਪੂਰੀ ਗਲਸ ਦਿਖਾਉਂਦੇ ਆ। ਗੱਲ ਸੀਗੀ ਸੂਰਜ ਪ੍ਰਕਾਸ਼ ਜਾਂ ਦਸਮ ਗ੍ਰੰਥ ਦੀ ਤਾਂ ਬਹੁਤ ਦੂਰ ਦੀ ਗੱਲ ਹੈ, ਇੱਕ ਪੰਥਪ੍ਰੀਤ ਨੇ ਇੱਕ ਸਟੇਟਮੈਂਟ ਦਿੱਤੀ ਸੀਗੀ ਵੀ ਜਿਹੜਾ ਲਾਲਾਂ ਵਾਲੀ ਜਿਹੜੀ ਬਾਰੇ ਹੈਗਾ ਸੇਖ ਨੇਹਾ ਕਿਤਾਬ ਦੇ ਵਿੱਚ ਬਾਬਾ ਹਰਨਾਮ ਸਿੰਘ ਨੇ ਲਾਲਾਂ ਵਾਲੇ ਦੇ ਬਾਰੇ ਲਿਖਿਆ, ਭਾਈ ਉੱਥੋਂ ਪੜ੍ਹ ਲਿਓ, ਉਹਦਾ ਹਵਾਲਾ ਦਿੱਤਾ ਸੀਗਾ। ਮੈਂ ਉਹ ਕਿਤਾਬ ਲਿਜਾ ਕੇ ਪੜ੍ਹੀ, ਪੜ੍ਹਨੀ ਸ਼ੁਰੂ ਕੀਤੀ ਤਾਂ ਉਹ ਕਿਤਾਬ ਦੇ ਸ਼ੁਰੂ ਦੇ ਵਿੱਚ ਪੜ੍ਹੀ, ਤੁਸੀਂ ਵੀ ਹੋਣੀ ਪੜ੍ਹੀ ਹੈ ਸ਼ੁਰੂ ਦੇ ਵਿੱਚ ਉਹਦੇ ਜਿਹੜੀਆਂ ਗੱਲਾਂ ਆਉਂਦੀਆਂ ਵੀ ਜਿਵੇਂ ਉਹ ਉਹਨਾਂ ਨੂੰ ਜੋਗੀ ਮਿਲਦਾ ਪਿੰਡ ਦੇ ਵਿੱਚ ਆਉਂਦਾ, ਜੋਗੀ ਦੀ ਸੰਗਤ ਕਰਕੇ ਉਹਨਾਂ ਨੂੰ ਰੰਗ ਚੜ੍ਹਦਾ, ਸ਼ਾਇਦ ਇਹ ਹੀ ਹੈ। ਏਦਾਂ ਹੀ ਇੱਕ ਸੱਪ ਵਾਲੀ ਕਹਾਣੀ ਆਉਂਦੀ ਆ ਵੀ ਖੇਤ ਕੰਮ ਕਰਦੇ ਹੁੰਦੇ ਆ ਤੇ ਉਹ ਸੱਪ ਆਉਂਦਾ ਤੇ ਜੁੱਤੀ ਨੂੰ ਸ਼ਾਇਦ ਮੱਥਾ ਜੁੱਤੀ ਨੂੰ ਨਮਸਕਾਰ ਕਰਕੇ ਮੁੜ ਜਾਂਦਾ ਹੈ ਨਾ। ਜਦੋਂ ਆਹ ਗੱਲਾਂ ਦੇਖੀਆਂ ਤੇ ਮੈਂ ਇਹਨਾਂ ਨੂੰ ਸਵਾਲ ਪੁੱਛਿਆ, ਬੀਜਾ ਨਗਰ ਸੀਗੇ ਉੱਥੇ ਮੈਂ ਸਵਾਲ ਪੁੱਛਿਆ, ਮੈਂ ਕਿਹਾ ਵੀ ਇਹ ਕਿਵੇਂ, ਕਹਿੰਦੇ ਵੀ ਇਹ ਤਾਂ ਜਿਹੜੀ ਵੀ ਕੋਈ ਪੁਸਤਕ ਹੁੰਦੀ ਆ ਜਾਂ ਕੁਛ ਵੀ ਲਿਖਿਆ ਹੁੰਦਾ ਨਾ ਬਾਬੇ ਗੱਪ ਕਹਾਣੀਆਂ ਲਿਖਦੇ ਹੁੰਦੇ ਆ, ਤੁਸੀਂ ਚੰਗਾ ਚੰਗਾ ਦੇਖ ਕੇ ਜਿਹੜਾ ਆਪਣੇ ਕੰਮ ਦਾ ਕਹਿੰਦੇ ਉਹ ਪੜ੍ਹ ਲਿਆ। ਹਾਂਜੀ, ਜਾਣੀ ਸੇਖ ਨੇ ਆ ਕਿਤਾਬ ਦੇ ਉੱਤੇ ਵੀ ਉਹਨੂੰ ਪੱਖ ਦੇ ਵਿੱਚ ਤਾਂ ਭਗਤਾ ਲਿਆ ਆਪਣੇ, ਪਰ ਉਹਦੇ ਵਿੱਚ ਗਲਤ ਸੀਗਾ ਉਹਦੇ ਬਾਰੇ ਵੀ ਨਹੀਂ ਬੋਲ ਸਕੇ। ਉਹ ਬੰਦਿਆਂ ਤੋਂ ਕਿਵੇਂ ਆਸ ਕਰ ਸਕਦੇ ਹਾਂ ਆਪਾਂ ਵੀ ਸੂਰਜ ਪ੍ਰਕਾਸ਼ ਦੇ ਬਾਰੇ ਉਹ ਬੰਦੇ ਗੱਲ ਕਰ ਲੈਣ। ਬਿਲਕੁਲ, ਹੈ ਨਾ। ਹੁਣ ਜਿਹੜੀ ਗੱਲ ਆਪਾਂ ਸ਼ੁਰੂ ਦੇ ਵਿੱਚ ਕਰਦੇ ਸੀ ਸਪੋਕਸਮੈਨ ਅਖਬਾਰ ਵਾਲੇ ਦੀ, ਸਪੋਕਸਮੈਨ ਵਾਲੇ ਨੂੰ ਛੇਕਿਆ ਹੋਇਆ ਇੱਥੋਂ ਪੰਥ ਦੇ ਵਿੱਚੋਂ ਛੇਕਿਆ ਹੋਇਆ, ਇਹਨਾਂ ਨੇ ਛੇਕਿਆ ਹੋਇਆ, ਕਾਰਨ ਕੀ ਰਹੇ ਸੀਗੇ, ਤਰਕ ਕਰਦਾ ਕਰ ਸਾਡੇ ਤੇ ਸਵਾਲ ਪੈਦਾ ਸਵਾਲ ਪੈਦਾ ਕਰਦਾ ਇਹੀ ਸਵਾਲ ਕਰੇ ਸੀ, ਸਵਾਲ ਕਰਨ ਕਰਕੇ ਉਹਨੂੰ ਛੇਕਿਆ। ਅੱਜ ਉਹੀ ਸਵਾਲ ਭਾਈ ਰਣਜੀਤ ਸਿੰਘ ਕਰ ਰਹੇ ਆ, ਅੱਜ ਉਹੀ ਸਪੋਕਸਮੈਨ ਕਿੱਥੇ ਖੜਾ ਜਾ ਕੇ ਉਸੇ ਅਕਾਲ ਤਖ਼ਤ ਦੇ ਪੈਰਾਂ 'ਚ ਬੈਠਾ ਕੇ। ਇੱਕ ਗੱਲ ਦੱਸ ਦਈਏ ਵੀ ਕਿਉਂ ਅਸੀਂ ਗੱਲ ਸਪੋਕਸਮੈਨ ਦੀ ਕਰ ਰਹੇ ਹਾਂ, ਉਹ ਹੈਗਾ ਇੱਕ ਨਿਊਜ਼ ਚੈਨਲ। ਹਾਂਜੀ, ਨਿਊਜ਼ ਚੈਨਲ ਦੇ ਉੱਤੇ ਜਿਹੜੀ ਗੱਲ ਉਹਨੇ ਇੱਕ ਪੋਸਟ ਪਾਈ ਹੈ ਫੇਸਬੁੱਕ ਦੇ ਉੱਪਰ, ਜਿਹੜੀ ਚੁਣੇ ਉਹ ਸਾਰੇ ਬਿਆਨ ਦਿੱਤੇ, ਜਥੇਦਾਰ ਦਾ ਬਿਆਨ ਦਿੱਤਾ, ਸਾਰਿਆਂ ਦੇ ਬਿਆਨ ਦਿੱਤੇ ਆ, ਪਰ ਉਹ ਜਿਹੜੀ ਫੋਟੋ ਲਾਈ ਹੈ ਜਿਹੜਾ ਬੈਨਰ ਲਾਇਆ ਹੋਇਆ ਕਿ ਉਹਦੇ ਉੱਤੇ ਲਿਖਿਆ ਹੋਇਆ ਬੁਰੇ ਫਸੇ ਢੱਡਰੀਆਂ ਵਾਲੇ, ਬਹੁਤ ਬੁਰੇ ਫਸੇ ਕਹਿੰਦਾ, ਸਿੱਖਾਂ ਨੇ ਦਿੱਤਾ ਲਾਈਵ ਚੈਲੰਜ ਕਰਨ, ਸਿੱਖਾਂ ਨੇ ਕੀਤਾ ਲਾਈਵ ਚੈਲੰਜ, ਲਾਈਵ ਚੈਲੰਜ। ਹੁਣ ਜਿਹੜੇ ਚੈਲੰਜ ਕਰਨ ਵਾਲੇ ਉਹ ਤੁਹਾਨੂੰ ਸਿੱਖ ਦਿਖਦੇ ਆ, ਸਿੱਖਾਂ ਨੇ ਕੀਤਾ ਲਾਈਵ ਚੈਲੰਜ, ਕੀਤਾ ਕਿਹਨੂੰ ਆ ਤੇ ਕੀਤਾ ਢੱਡਰੀਆਂ ਵਾਲਿਆਂ ਨੂੰ, ਜਿਹੜੇ ਸਵਾਲ ਕਰਦੇ ਆ ਕਹਿੰਦੇ ਚੈਲੰਜ ਕੀਤਾ ਢੱਡਰੀਆਂ ਵਾਲਿਆਂ ਨੂੰ ਸਿੱਖਾਂ ਨੇ ਔਰ ਢੱਡਰੀਆਂ ਵਾਲੇ ਬੁਰੇ ਫਸ ਗਏ ਆ। ਤੇ ਹੁਣ ਉਹਨੂੰ ਪੁੱਛਣ ਵਾਲਾ ਹੋਵੇ ਵੀ ਜੇ ਢੱਡਰੀਆਂ ਵਾਲੇ ਬੁਰੇ ਫਸੇ ਤੈਨੂੰ ਦਿਖਦੇ ਆ ਕਿ ਤੂੰ ਵੀ ਬੁਰਾ ਫਸ ਗਿਆ ਜਦੋਂ ਤੈਨੂੰ ਛੇਕਿਆ, ਹਾਂ ਜਦੋਂ ਤੈਨੂੰ ਛੇਕਿਆ ਸੀ ਤੂੰ ਬੁਰਾ ਫਸਿਆ ਹੋਇਆ, ਅੱਜ ਆਪਣੇ ਆਪ ਨੂੰ ਮਹਿਸੂਸ ਕਰਦਾ ਵੀ ਮੈਂ ਫਸ ਚੁੱਕੇ ਕਿਉਂਕਿ ਮੈਨੂੰ ਛੇਕ ਦਿੱਤਾ, ਤੂੰ ਅੱਜ ਢੱਡਰੀਆਂ ਵਾਲੇ ਤੇ ਜਦੋਂ ਗੱਲ ਆਈ ਹੈ ਤੇ ਤੂੰ ਕਹਿੰਦਾ ਵੀ ਬੁਰੇ ਫਸ ਗਏ,
ਉਹ ਜਿਹੜੇ ਸਾਰੇ ਪੁਜਾਰੀ ਸੀ ਉਹਨੂੰ ਅੱਜ ਸਿੱਖ ਦਿਖਦੇ ਆ, ਔਰ ਢੱਡਰੀਆਂ ਵਾਲੇ ਕਹਿੰਦੇ ਵੀ ਇਹ ਬੜੇ ਪਾਸੇ ਸਾਰੇ ਦੇ ਸਾਰੇ ਬੰਦੇ ਮੈਂ ਕਹਿੰਦਾ ਸਿਰੇ ਦੇ ਕਮੀਨੇ ਸਪੋਕਸਮੈਨ ਵਾਲੇ ਨੇ। ਹੁਣ ਇਹ ਹੈਗੇ ਆ ਚੈਨਲ, ਇਹਨਾਂ ਦਾ ਫਰਜ਼ ਜਿਹੜਾ ਬਣਦਾ, ਜਿਵੇਂ ਭਾਈ ਸਾਹਿਬ ਗੱਲ ਕਰਦੇ ਹੁੰਦੇ ਆ ਸਹੀ ਫਰਜ਼ ਨਿਭਾਉਣ ਦੀ, ਜਿਹੜੇ ਬੰਦੇ ਦੀ ਜਿਹੜੀ ਡਿਊਟੀ ਹੈ ਉਹਨੂੰ ਪੂਰੀ ਤਰ੍ਹਾਂ ਨਿਭਾਵੇ ਬੰਦਾ। ਪਰ ਇਹ ਬੰਦੇ ਕੀ ਕਰ ਰਹੇ ਆ, ਅੱਜ ਟੁਕੜਾਂ ਦੀ ਖਾਤਰ ਨਹੀਂ ਜਾ ਰਹੇ ਉਸ ਪਾਸੇ, ਜਾਂ ਕੋਈ ਡਰ ਹੋਣਾ ਇਹਨਾਂ ਨੂੰ, ਹਨਾ, ਜਿਹਦੀ ਵਜ੍ਹਾ ਦੇ ਨਾਲ ਅੱਜ ਉਹਨਾਂ ਦੇ ਪੈਰਾਂ 'ਚ ਉਹ। ਜਦੋਂ ਸਪੋਕਸਮੈਨ ਵਾਲੀ ਜੀ ਆਪਾਂ ਗੱਲ ਕਰਦੇ ਸੀ, ਮੇਰੇ ਚੇਤੇ ਆ ਗਿਆ, ਆਪਾਂ ਉਹਦੀ ਵੀਡੀਓ ਦੇਖੀ ਜਾਂਦੇ ਸੀਗੇ, ਰਣਜੀਤ ਸਿੰਘ ਦੀ, ਰਣਜੀਤ ਸਿੰਘ ਜਿਹੜਾ ਜਥੇਦਾਰ ਆ ਉਹ ਵੀ ਤਾਂ ਅਕਾਲ ਤਖ਼ਤ ਵਾਲਿਆਂ ਨੂੰ ਵੀਡੀਓ ਦੇ ਵਿੱਚ ਕੀ ਕੁਛ ਕਹੀ ਜਾਂਦਾ। ਮੇਰੇ ਕੋਲ ਉਹ ਵੀਡੀਓ ਵੀ ਹੈਗੀ ਹੈ 10-12 ਮਿੰਟ ਦੀ, 10-12 ਮਿੰਟ ਦੀ ਵੀਡੀਓ ਤੁਸੀਂ ਸੁਣ ਲਈ ਹੋਵੇ, ਸੁਣ ਸਕਦੇ ਆ। ਉਹਦੇ ਵਿੱਚ ਉਹ ਅਕਾਲ ਤਖ਼ਤ ਵਾਲਿਆਂ ਨੂੰ ਮੈਂ ਕਹਿੰਦਾ ਵੀ ਜਿੰਨਾ ਕੁਛ ਕਹਿ ਸਕਦਾ ਉਹ ਦੱਬ ਕੇ ਕਹੀ ਜਾਂਦਾ, ਬਾਦਲ ਦੇ ਪੈਰਾਂ 'ਚ ਬੈਠੇ ਆ ਜਾਂ ਬਿਲਕੁਲ ਬਿਲਕੁਲ ਹੈ ਨਾ, ਸਿਆਸੀ ਕਹਿ ਰਿਹਾ ਬਾਦਲ ਦੇ ਪੈਰਾਂ 'ਚ ਬੈਠੇ ਆ, ਅਤੇ ਆਪ ਉਹਨਾਂ ਦੇ ਅੱਗੇ ਜਾ ਕੇ ਸ਼ਿਕਾਇਤ ਰੱਖੀ ਜਾਂਦੇ ਆ। ਅੱਜ ਉੱਥੇ ਜਾ ਕੇ ਭਾਈ ਸਾਹਿਬ ਦੀਆਂ ਸ਼ਿਕਾਇਤਾਂ ਉਸੇ ਅਕਾਲ ਤਖ਼ਤ ਦੇ, ਜਿਹਨੂੰ ਕਹਿੰਦੇ ਆ ਵੀ ਇਹ ਬਾਦਲਾਂ ਦੇ ਪਿੱਠੂ ਆ ਜਿਹਦਾ, ਹੈ ਨਾ, ਉੱਥੇ ਜਾ ਕੇ ਸ਼ਿਕਾਇਤਾਂ ਕਰਦੇ। ਹਾਂ, ਉੱਥੇ ਤਾਂ ਕਬਜ਼ਾ ਸਾਡਾ ਹੋਣਾ ਚਾਹੀਦਾ, ਸੋਚਦੇ ਆ ਵੀ ਅਸੀਂ ਕਿਸ ਤਰੀਕੇ ਨਾਲ, ਜਦੋਂ ਕਬਜ਼ਾ ਕਰਨ ਦੀ ਬਿਰਤੀ ਹੁੰਦੀ ਉਦੋਂ ਸਾਰੇ ਉਹ ਬਾਦਲਾਂ ਦੇ ਪਿੱਠੂ ਹੋ ਜਾਂਦੇ ਆ। ਬਿਲਕੁਲ, ਅਤੇ ਜਦੋਂ ਰਣਜੀਤ ਸਿੰਘ ਦਾ ਵਿਰੋਧ ਕਰਨਾ ਉਦੋਂ ਸਾਰੇ ਆਪਦੇ ਹੋ ਜਾਂਦੇ ਆ। ਜੇ ਪੇਸ਼ ਕਿਵੇਂ ਕਰਦੇ ਆ, ਜਦੋਂ ਆਪਣੇ ਗੱਲ ਚੱਲ ਰਹੀ ਸੀ ਉੱਥੇ, ਡਿਬੇਟ ਚੱਲੀ ਸੀ ਤੁਹਾਡੀ, ਡਿਬੇਟ ਦੇ ਵਿੱਚ ਜਿਹੜੀ ਗੱਲ ਸੀ ਉਦੋਂ ਉਹ ਕਿੱਥੇ ਕਿੱਥੇ ਤੱਕ ਲੈ ਗਿਆ, ਉਹ ਜਿਹੜਾ ਸੀਗਾ ਕੀ ਨਾਂ ਉਹਦਾ, ਬਰਾੜ ਸੀ, ਅਜੇਪਾਲ ਸਿੰਘ, ਅਜੇਪਾਲ ਸਿੰਘ ਬਰਾੜ ਜਿਹੜਾ, ਹੁਣ ਉਹ ਕਹਿੰਦਾ ਵੀ ਜਿਹੜੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਹੈਗੀ ਆ, ਗੁਰੂ ਗ੍ਰੰਥ ਸਾਹਿਬ ਦੀ ਬਾਣੀ ਤਾਂ ਹੈਗੀ ਆ ਸੌਖੀ, ਉਹ ਤਾਂ ਆ ਜਾਂਦੀ। ਰਣਜੀਤ ਸਿੰਘ ਕਹਿ ਰਿਹਾ, ਅੱਛਾ ਰਣਜੀਤ ਸਿੰਘ ਨੇ, ਹਾਂ ਰਣਜੀਤ ਸਿੰਘ ਨੇ ਕਹੀ ਸੀ ਇਹ ਗੱਲ ਵੀ ਗੁਰਬਾਣੀ ਤਾਂ ਆ ਜਾਂਦੀ ਹੈ ਸੌਖੀ ਸਮਝ, ਠੀਕ ਹੈ, ਪਰ ਜਿਹੜਾ ਜਿਹੜਾ ਹੈਗਾ ਕਵੀ ਸੰਤੋਖ ਸਿੰਘ ਕਹਿੰਦਾ ਇਹਦੀ ਜਿਹੜੇ ਇਹਦੀ ਜਿਹੜੀ ਬਾਣੀ ਹੈ ਸੂਰਜ ਪ੍ਰਕਾਸ਼ ਵਾਲੀ, ਇਹ ਸਮਝ ਨਹੀਂ ਸੌਖੀ ਨੀ। ਹਾਂ, ਕਹਿੰਦਾ ਬਹੁਤ ਔਖੀ ਹੈ, ਵੱਡੇ ਵੱਡੇ ਕਵੀਆਂ ਨੂੰ ਕਹਿੰਦਾ ਸਮਝ ਨਹੀਂ ਆਉਂਦੀ, ਇੱਥੋਂ ਤੱਕ ਵੀ ਕਹਿੰਦਾ ਵੀ ਹੁਣ ਅੱਜ ਦੇ ਵਿਦਵਾਨਾਂ ਨੂੰ ਤਾਂ ਪਤਾ ਹੀ ਨਹੀਂ ਲੱਗਦਾ, ਤੇ ਫਿਰ ਇੰਨੇ ਵਿਦਵਾਨ ਜਿਹੜੇ ਇੰਨੇ ਤੁਸੀਂ ਕਥਾ ਕਰ ਰਹੇ ਹੋ, ਕਾਹਦੇ ਲਈ ਕਰ ਰਹੇ ਹੋ ਜੀ? ਨਹੀਂ, ਦੂਜੀ ਗੱਲ ਵੀ ਗੁਰੂ ਨਾਨਕ ਸਾਹਿਬ, ਗੁਰੂ ਨਾਨਕ ਪਾਤਸ਼ਾਹ ਦੀਆਂ ਜਿਹੜੀਆਂ ਦਲੀਲਾਂ, ਜਿਹੜੀਆਂ ਗੱਲਾਂ, ਜਿਨ੍ਹਾਂ ਨੂੰ ਆਪਾਂ ਗੁਰਬਾਣੀ ਕਹਿੰਦੇ ਹਾਂ, ਗੁਰਬਾਣੀ ਦੇ ਵਿੱਚ ਜਿਹੜੀਆਂ ਦਲੀਲਾਂ 10 ਪਾਤਸ਼ਾਹੀਆਂ ਦੀਆਂ, ਭਗਤ ਕਬੀਰ ਦੀਆਂ, ਭਗਤ ਫਰੀਦ ਦੀਆਂ, ਪਰਮਾਨੰਦ ਦੀਆਂ, ਭਗਤ ਸੈਨ ਦੀਆਂ, ਉਹਨਾਂ ਦੀਆਂ ਦਲੀਲਾਂ ਜਿਹੜੀਆਂ ਉਹ ਤਾਂ ਕਹਿੰਦਾ ਛੋਟੀਆਂ ਛੋਟੀਆਂ, ਤੇ ਸੰਤੋਖ ਸਿੰਘ ਹੋ ਗਿਆ ਵੱਡਾ, ਸੰਤੋਖ ਸਿੰਘ ਵੱਡਾ ਕਵੀ ਹੋ ਗਿਆ। ਜਦੋਂ ਤਾਂ ਆਪਾਂ ਕੋਈ ਤਰਕ ਕਰੀਏ, ਆਪਾਂ ਤਰਕ ਕਰਦੇ ਹੁੰਦੇ ਹਾਂ ਇਹਨਾਂ ਦੀ ਗੱਲ ਤੇ, ਜਿਹੜੇ ਇਹ ਝੂਠ ਬੋਲਦੇ ਆ, ਇਹ ਝੂਠਾ ਪ੍ਰਚਾਰ ਕਰਦੇ ਆ, ਗੱਪ ਬੋਲਦੇ ਆ, ਇਹਨਾਂ ਤੇ ਤਰਕ ਕਰਦੇ ਆ ਆਪਾਂ, ਆਪਾਂ ਨੂੰ ਤਾਂ ਕਹਿਣਗੇ ਗੁਰੂ ਤੇ ਕਿੰਤੂ ਕਰਦੇ, ਗੁਰੂ ਤੋਂ ਸਿਆਣੇ ਜੰਪੇ। ਹੁਣ ਇਹਨਾਂ ਨੂੰ ਪੁੱਛਣ ਵਾਲਾ ਵੀ ਤੁਸੀਂ ਗੁਰੂ ਤੋਂ, ਤੁਹਾਡਾ ਸੰਤੋਖ ਸਿੰਘ ਗੁਰੂ ਤੋਂ ਸਿਆਣਾ ਜੰਪਿਆ, ਜਿਹੜਾ ਗੁਰੂ ਨਾਲੋਂ, ਗੁਰੂ ਨਾਲੋਂ ਵਧੀਆ ਲਿਖ ਗਿਆ, ਜਿਹਦੀ ਬੜੀ ਡੂੰਘੀ ਗੱਲ ਲਿਖ ਗਿਆ, ਜਿਹੜੀ ਗੁਰੂ ਸਾਹਿਬ ਵੀ ਨਹੀਂ ਦੇਖ ਸਕੇ। ਬਿਲਕੁਲ, ਇੱਥੋਂ ਤੱਕ ਹੀ ਬੰਦੇ